ਕ੍ਰਿਸਮਸ ਮਸੀਹ ਨਾਲ ਸਾਨੂੰ ਸ਼ਾਂਤੀ ਮਿਲੇ ਔਰ ਸਮਾਂ ਚੁੱਕਾ ਗਵਾਈਆਂ ਦਾ ਔਰ ਸਾਡੇ ਵਿੱਚ ਕਰ ਬਦਲ ਜਾਮਾ ਨਾ ਆਪਾਂ ਉਹਨਾਂ ਦੇ ਕੋਲੋਂ ਇੱਕ ਵਾਰੀ ਸੁਣਾਂਗੇ ਜੀਵਨ ਦੇ ਬਾਰੇ ਰੱਬ ਇਸ ਮਸੀਹ ਸਭ ਨੂੰ ਸ਼ਾਂਤੀ ਮਿਲੇ ਮੇਰੀ ਗਵਾਹੀ ਇਹ ਆ ਕਿ ਮੈਂ ਜਦੋਂ ਇਸ ਚਰਚ ਦੇ ਨਾਲ ਨਹੀਂ ਸੀ ਜੁੜਿਆ ਮੇਰਾ ਜੀਵਨ ਪਾਪ ਦੇ ਵਿੱਚ ਸੀਗਾ ਅਤੇ ਮੈਂ ਖੁਦਾ ਤੋਂ ਬਹੁਤ ਹੀ ਦੂਰ ਸੀਗਾ ਅਤੇ ਚਰਚ ਤਾਂ ਜਾਂਦਾ ਸੀ ਪਰ ਕੇਵਲ ਨਾਮ ਦਾ ਚਰਚ ਜਾਂਦਾ ਸੀ ਖੁਦਾ ਬਾਰੇ ਸਹੀ ਰੀਤੀ ਨਾਲ ਨਹੀਂ ਸੀ ਜਾਣਦਾ ਨਾ ਹੀ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਦਾ ਸੀ ਪਰ ਜਦੋਂ ਮੈਂ ਸ਼ੁਕਰੀਆ ਚਰਚ ਦੇ ਵਿੱਚ ਐਡ ਹੋਇਆ ਇੱਥੇ ਦੇ ਪਾਸਟਰ ਜੀ ਨੇ ਮੈਨੂੰ ਸਹੀ ਤਰ੍ਹਾਂ ਗਾਈਡ ਕੀਤਾ ਔਰ ਖੁਦਾ ਦੇ ਬਾਰੇ ਦੱਸਿਆ ਕਿ ਪਰਮੇਸ਼ੁਰ ਕੀ ਸਾਡੇ ਤੋਂ ਚਾਹੁੰਦੇ ਆ ਔਰ ਕਿਸ ਤਰ੍ਹਾਂ ਸਾਨੂੰ ਬਾਈਬਲ ਪੜ੍ਹਨੀ ਚਾਹੀਦੀ ਆ ਔਰ ਪ੍ਰਾਰਥਨਾ ਕਰਨੀ ਚਾਹੀਦੀ ਆ ਔਰ ਹੌਲੀ 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 ਮੈਂ ਇਹਨਾਂ ਦੇ ਕਹਿ ਅਨੁਸਾਰ ਇਹਨਾਂ ਦਾ ਕਹਿਣਾ ਮੰਨਿਆ ਔਰ ਮੈਂ ਪਵਿੱਤਰ ਆਤਮਾ ਨਾਲ ਭਰ ਗਿਆ ਔਰ ਅੱਜ ਮੈਂ ਇਸ ਚਰਚ ਦੇ ਨਾਲ ਜੁੜਿਆ ਹੋਇਆ ਹਾਂ ਔਰ ਇਸ ਚਰਚ ਦੇ ਵਿੱਚ ਮੈਂ ਬਾਈਬਲ ਰੀਡ ਕਰਦਾ ਹਾਂ ਔਰ ਪਰਮੇਸ਼ੁਰ ਦੀ ਸੇਵਾ ਵਿੱਚ ਇਹਨਾਂ ਦਾ ਸਾਥ ਦੇ ਰਿਹਾ ਹਾਂ ਔਰ ਪਰਮੇਸ਼ੁਰ ਦੀ ਕਿਰਪਾ ਦੇ ਨਾਲ ਮੈਂ ਖੁਦਾ ਨੂੰ ਸਹੀ ਰੁਚੀ ਨਾਲ ਜਾ ਰਿਹਾ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਔਰ ਇਹਨਾਂ ਚਰਚ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਰੱਬ ਇਸ ਨੂੰ ਤੁਹਾਨੂੰ ਸਭ ਨੂੰ ਸ਼ਾਂਤੀ ਆਮੇਨ।